ਖੰਦੇ ਨੇ। ਆ ਜਾ ਮੁੰਡਿਆ ਜੇ, ਚਲੋ ਚਲੋ ਮੇਰੀ ਬੱਕਰੀਆਂ, ਚਲੋ ਜੀ। ਮਾਮੂ ਜੀ ਉਤਰ ਜਾ ਨੀਚੇ। ਓਏ ਟੂਵਲ ਚ ਨਾ ਡਿੱਗ ਜਾਣਾ ਕੋਈ ਪਾਗਲ ਦੇ ਪੁੱਤਰੋ, ਪਰਾਂ ਪਰਾਂ। ਮੈਂ ਤਾਂ ਚਲੋ ਚਾਰ ਚੋਗਲੀਆਂ, ਤੁਸੀਂ ਮੰਜੀ ਤੇ ਬੈ ਕੇ ਗੱਲਾਂ ਕਰੀ ਜਾਂਦੀਆਂ। ਕਿੰਨੀਆਂ ਸੋਹਣੀਆਂ ਵੇਖੋ ਜਰਾ। ਇਹ ਹੈ ਜੀ ਚੁੱਲ੍ਹੇ, ਇਨਕੇ ਅੰਦਰ ਰੋਟੀਆਂ ਵੀ ਲਗਾ ਸਕਤੇ ਹੈ, ਇਨਕੇ ਅੰਦਰ ਨਾ ਰੋਟੀਆਂ ਵੀ ਲਗਾ ਸਕਤੇ ਹੈ, ਯਹਾਂ ਪੇ ਰੋਟੀ ਵੀ ਲਗ ਸਕਤੀ ਹੈ। ਕਿਆ ਪਕਾਣੇ ਲਗੇ ਹੋ? ਅੱਛਾ, ਹਮਾਰੇ ਲਈ ਪਕਨੇ ਲੱਗਾ ਜੀ ਜ਼ਰਦਾ, ਔਰ ਸਾਥ ਬਣਨੇ ਲੱਗੀ ਬਿਰਿਆਨੀ, ਸੁਬਹਾ ਬਣਾ ਥਾ ਜੀ ਠੀਕ ਸੀ, ਮਟਰ ਗੋਸ਼ਤ ਸਾਥ ਰੋਟੀਆਂ ਸਾਥ ਇਸ ਤਰ੍ਹਾਂ ਦੇਖੇ ਜੀ, ਮਾਸ਼ਾ ਅੱਲਾ। ਮੁਰਗੇ ਬੜੇ ਬੜੇ ਮੁਰਗੇ, ਇਹ ਦੇਖੇ ਜੀ, ਇਹ ਇਨਕੋ ਕਿਆ ਕਹਤੇ ਹੈ, ਗੋਏ, ਇਹ ਬੜਾ ਬੜਾ ਹੋਵੇ। ਇਹ ਦੇਖ ਇਧਰ ਗੈਸ ਨਹੀਂ ਹੈ ਬਾਈ, ਅਗਲੇ ਸਿਲੰਡਰ ਚਲਾਤੇ ਆ, ਔਰ ਇਹ ਰੱਖੇ ਹੋਏ ਆ, ਇਹ ਦੇਖੇ ਯਹਾਂ ਪੇ ਜਮਾ ਕਰਕੇ ਰੱਖੇ ਹੋਏ ਆ, ਔਰ ਜਬ ਜ਼ਰੂਰਤ ਪੜੇ ਤੋ ਯਹਾਂ ਸੇ ਨਿਕਾਲ ਕੇ ਇਹ ਜਲਾਉਣਾ ਸ਼ੁਰੂ ਕਰ ਦਿੱਤੇ ਆ, ਲੱਕੜੀਆਂ ਸਾਥ ਲਗਾਤੇ ਆ, ਇੱਧਰ ਦੋ ਤਿੰਨ ਫੈਂਕ ਦਿੱਤੇ ਆ ਔਰ ਜਲਾ ਲੈਤੇ ਆ। ਆਈਂਦੇ ਸਾਰੇ ਗਰੀਬੀ ਮੇਂ ਪਾਉਣ ਲੱਗੀ ਹੈ ਜੀ, ਦੋਏ ਹੈ ਕਿ ਨਹੀਂ, ਜ਼ਰਦੇ ਚ ਪਾਉਣ ਲੱਗੇ ਨੇ ਗਿਰੀ ਮੇਵੇ। ਆਹ ਦੇਖੋ ਇਸ ਤਰ੍ਹਾਂ ਗੋਹੇ ਤੋੜ ਕੇ ਰੱਖ ਲੈਂਦੇ ਨੇ, ਸਾਥ ਲੱਕੜੀ ਲਗਾ ਲੈਂਦੇ ਆ, ਦੇਜਕੀਆਂ ਦੇਜਕੀ ਉੱਤੇ ਇਹਨਾਂ ਨੂੰ ਕਿਸ ਤਰ੍ਹਾਂ ਮੱਟੀ ਲਗਾ ਲੈਂਦੇ ਆ। ਇਹ ਦੇਖ ਲੈ ਵਿਲੇਜ ਮੇਂ ਆਤਾ ਹੀ ਇਬਰਾਹਿਮ ਕੇ ਚਾਲ ਚੱਲਣ ਦੇਖੇ ਜ਼ਰਾ, ਦਵਾ ਕਾ ਜੂੜਾ ਦੇਖੇ ਜ਼ਰਾ, ਕੈਸੇ ਚੱਲ ਰਹੇ ਬੱਚੇ, ਮੂੰਹ ਧੋ ਲਈਏ ਔਰ ਹਵੇਲੀ ਕੀ ਤਰਫ ਨਿਕਲ ਚੁੱਕੀ ਹੂੰ। ਮੈਨੂੰ ਕਹਿਣ ਕੀ ਹਵੇਲੀ ਦੇਖ ਕੇ ਆਉਂ, ਸੁਬਹ ਤੋਂ ਬਾਈ ਬਹੁਤ ਕੀਚੜ ਥਾ, ਇਹ ਸਾਰੀ ਜਗ੍ਹਾ ਸੁਬਹ ਗੀਲੀ ਥੀ, ਇਹ ਦੇਖ ਲੈ ਅਬ ਸੂਕ ਗਈ ਹੈ। ਗਾਇਸ ਕਿੱਥੇ ਚੱਲੇ ਹੋ? ਅੱਛਾ ਗਾਇਸ, ਅਸੀਂ ਮਿਰਚਾਂ ਚੁਣਨ ਚੱਲੇ ਆ। ਅੱਛਾ ਗਾਇਸ, ਅਚਾਰ ਲਈ ਮਿਰਚਾਂ, ਅਚਾਰ ਲਈ ਮਿਰਚਾਂ, ਸੁਰਖ ਮਿਰਚਾਂ ਗਾਇਸ, ਸੁਰਖ ਮਿਰਚਾਂ। ਇਸਨੇ ਨਾ ਅੱਜ ਮੇਰਾ ਮਜ਼ਾਕ ਬਣਾਇਆ ਵਾ ਸਰ, ਦੁਪਹਿਰ ਜਬ ਹਮ ਨਾਸ਼ਤਾ ਕਰਨੇ ਲੱਗੇ ਨਾ, ਕਹਤਾ ਗਾਇਸ ਲੱਸੀ ਪੀਣੀ, ਗਾਇਸ ਆਪ ਲੋਕ ਪਿਛਲੀ ਵੀਡੀਓ ਮੈਂ ਦੇਖਣਾ। ਗਾੜੀਆਂ ਮਾਰੀ ਇੱਧਰ ਖੜੀ ਹੋਈ ਹੈ, ਇਹ ਡੇਰਾ ਬਣਾ ਹੋਇਆ ਇੱਧਰ, ਕਿਉਂਕਿ ਇਹ ਰਸਤਾ ਸਾਫ਼ ਥਾ ਔਰ ਹਮਨੇ ਜਾਣਾ ਥਾ ਇਸ ਤਰਫ ਠੀਕ ਹੈ। ਕਹਿ ਰਹੇ ਹੈ ਪਿੰਡ 'ਚ ਆਇਓ, ਪਿੰਡ 'ਚ ਪੰਜਾਬੀ ਵਲੌਗ ਬਣਾਓ, ਹੈ ਅਜਮਲ ਯਾਰ ਮੇਰੇ ਕੋਲ ਟੁਰਿਆ ਨਹੀਂ ਜਾ ਰਿਹਾ, ਪੰਜਾਬੀ ਵਲੌਗ ਬਣਾਈਏ, ਬੋਲੋ ਫਿਰ ਪੰਜਾਬੀ। ਮੈਂ ਮੇਰੇ ਨਾਲ ਪੇਟ 'ਚ ਦੋ ਲਾਪੀ ਚੱਲ ਕੇ ਕਾਫੀ ਦੂਰ ਹੈ ਇਹਨਾਂ ਦਾ, ਕੀ ਕਹਿੰਦੇ ਨੇ ਹਵੇਲੀ ਕਿ ਡੇਰਾ, ਕਿਆ ਕਹਿਤੇ ਆ ਇਸਕੋ, ਹਵੇਲੀ ਡੇਰਾ, ਤੋ ਮੈਂ ਉਸ ਚਲਾ ਨਹੀਂ ਜਾ ਰਿਹਾ, ਤਾਂ ਕਹਤੇ ਅਸ਼ੀਫਾ ਕਹਿੰਦੀ ਬਹਿ ਗਈਓ ਫਿਰ ਇੱਥੇ ਆ। ਇਹ ਦੇਖੋ ਕੱਦੂ ਲਗਾ ਵੀ ਹੋਇਆ ਮਾਸ਼ਾਅੱਲਾ, ਭਿੰਡੀ ਕੱਦੂ ਵੀ ਲੱਗੇ ਜੇ, ਭਿੰਡੀਆਂ ਵੀ ਲੱਗੀਆਂ ਜੇ। ਚਲੋ ਜੀ ਮੈਂ ਵੀ ਪੰਜਾਬੀ 'ਚ ਤੁਹਾਡੇ ਨਾਲ ਵਲੌਗ ਬਣਾਉਂਦੀ ਹਾਂ, ਕਿ ਦੋ ਤਿੰਨ ਜਿੰਨੇ ਦਿਨ ਅਸੀਂ ਆ ਗਏ ਹਾਂ, ਦੇਖੋ ਕਿੰਨਾ ਵੱਡਾ ਕੱਦੂ ਲੱਗਾ ਹੋਇਆ, ਪਰ ਮੈਂ ਅੱਗੇ ਨਹੀਂ ਜਾ ਸਕਦੀ। ਮਾਸ਼ਾਅੱਲਾ ਬੜੀਆਂ ਖੂਬਸੂਰਤ ਸਬਜ਼ੀਆਂ, ਇਹ ਦੇਖੇ ਮਾਸ਼ਾਅੱਲਾ। ਬਸ ਹੈ ਤਾਂ ਤੁਸੀਂ ਗਰਮੀ ਨਾਲ ਪਾਗਲ ਹੋ ਜਾਣਾ, ਅਤੇ ਉਹ ਹੀ ਮੇਰਾ ਹਾਲ ਦੇਖੋ ਜ਼ਰਾ, ਹੀ ਤੁਸੀਂ ਇਹ ਬਣੇ ਹੀ ਆ ਦੇਖੋ। ਚਲੋ ਚਲੋ ਮੇਰੀ ਬੱਕਰੀਓ, ਚਲੋ ਜੀ ਲੈ ਲਿਆ ਸਾਹਿਬ ਆ ਜਾਓ। ਇਹ ਦੇਖੇ ਵਾਕਈ ਕੋਈ ਹਾਲ ਨਹੀਂ, ਇਹਦੇ ਵਿੱਚੋਂ ਲੰਘਣ ਡਈ ਜੇ, ਇਹ ਦੇਖੋ ਜੀ, ਇਹ ਦੇਖੋ ਜੀ, ਇਹ ਇਨਕੇ ਮਰੂਦ ਕੇ ਦਰਖਤ ਹੈ, ਇਹ ਦੇਖੇ ਜੀ, ਇਹ ਦੇਖੇ, ਇਹ ਦੇਖੇ ਕੇਲੇ ਲੱਗੇ ਤਾਂ ਕੋਈ ਨਹੀਂ, ਇਹ ਦੇਖੋ ਜੀ,
ਕਰ ਰਹੀ ਆ ਪੰਜਾਬੀ ਚ ਵਲੌਗ ਬਣਾਉਣ ਦੀ, ਪਰ ਫਿਰ ਮੂੰਹ ਉੜਦੀ ਨਹੀਂ ਖਲੋਂਦੀ ਸੀ ਟਿਮ ਕਰ ਉਹਦੀ। ਮੇਰੇ ਕੋਲ ਚੱਲਾ ਹੀ ਨਹੀਂ ਜਾ ਰਿਹਾ, ਟੁਰਿਆ ਨਹੀਂ ਜਾ ਰਿਹਾ, ਟੁਰਿਆ ਨਹੀਂ ਜਾ ਰਿਹਾ, ਮੇਰੇ ਕੋਲ ਟੁਰਿਆ ਨਹੀਂ ਜਾ ਰਿਹਾ। ਬਾਜੀ ਕਿੱਧਰ ਗਏ? ਬਾਜੀ ਸੱਚੇ ਸੀ ਇੱਥੇ ਬਾਜੀ ਜ਼ਿਆਦਾ ਹਾ ਬਸ। ਜਾਮ ਨੂੰ ਕਾ ਦਰਖਤ ਹੋਏ, ਬੜੇ ਜਾਮ ਨੂੰ ਲੱਗੇ। ਉਮਰ ਕਹਿੰਦਾ ਜਾਮ ਨੂੰ ਨੀ ਬਾਜੀ ਭਰਿਆ ਪਿਆ। ਆ ਦੇਖੋ ਨੀਚੇ, ਆ ਦੇਖ ਨੀਚੇ ਜਾਮ ਨੂੰ ਉਠਾਓ। ਵਾਕਈ ਫਸਲ ਦੀ ਨਾ ਬੜੀ ਹਬਸ ਹੋਈ ਹੋਈ ਹੈ। ਬਾਜੀ ਕੇਲੇ ਕਿੱਥੇ ਗਏ? ਪੈਲ ਪਾਈ ਅੱਛਾ, ਦਵਾਈ ਨੀ ਲਾਈ ਬਾਜੀ? ਇੰਨੀ ਗਰਮੀ ਚ ਤਾਂ ਵੈਸੇ ਹੀ ਪੱਕ ਜਾਂਦੇ ਹੁਣੇ ਨੇ ਬਾਜੀ। ਇਹ ਕਿਹਦੀ ਖਬਰ ਹੈ ਤੁਹਾਡੀ ਹਵੇਲੀ 'ਚ? ਤੁਹਾਡੀ ਨਹੀਂ ਇਹ ਜ਼ਮੀਨ? ਤੁਹਾਡੀ ਨਹੀਂ ਇਹ ਜ਼ਮੀਨ? ਤੁਸੀਂ ਖਬਰਾਂ ਦੇ ਛੜੀ ਅਤੇ ਇਹ ਜਿਹੜੇ ਦਰਖਤ ਨੇ ਵਿੱਚ, ਇਹ ਤੁਹਾਡੇ ਨਹੀਂ? ਨਹੀਂ ਯਾਨੀ ਕਿ ਜਿਹੜਾ ਤੁਸੀਂ ਕਬਰਸਤਾਨ 'ਚ ਤਾਂ ਫੀਸ ਵੀ ਲੀ ਲਾ ਅੱਲਾ ਦੀ ਰਾਤ ਦਿੱਤੀ ਹੈ ਨਾ, ਕਿਸੇ ਦਾ ਨਾਂ ਤਾਂ ਨਹੀਂ ਨਾ ਕੀਤੀ? ਅਤੇ ਇਹ ਫਿਰ ਕਬਰ ਹੁਣ ਇੱਕ ਹੀ ਬਣੀ ਹੈ? ਅੱਛਾ ਨੀਚੇ ਹੈ ਹਾਂ ਕਬਰਾਂ। ਅੱਛਾ ਅੱਛਾ, ਤੇ ਇਹ ਪਹਿਲੇ ਪਹਿਲੀ ਤੁਹਾਡੀ ਸੀ? ਇਹ ਬਾਜੀ ਹੋਰਾਂ ਦੀ ਜ਼ਮੀਨ ਸੀ ਸਾਰੀ, ਅਤੇ ਇੱਥੋਂ ਇੱਧਰ ਇੱਧਰ ਬਾਜੀ ਹੋਰਾਂ ਨੇ ਸਾਰੀ ਨਾ ਕਬਰਸਤਾਨ ਨੂੰ ਦੇ ਦਿੱਤੀ ਹੋਈ ਹੈ। ਅਤੇ ਦਰਖਤ ਵੀ ਹੁਣ ਉਹਨਾਂ ਨੂੰ ਚਲੇ ਗਏ। ਜਾਮ ਨੂੰ ਤੁਸੀਂ ਖਾਂਦੇ ਹੋ? ਅੱਛਾ ਜਾਮ ਨੂੰ ਤੁਹਾਡੇ ਨੇ, ਜਾਮ ਨੂੰ ਤੁਹਾਡੀ ਜਗ੍ਹਾ 'ਚ ਨੇ, ਠੀਕ ਹੈ। ਦੇਖੋ ਯਕੀਨ ਕਰੋ, ਉਹ ਚਾਰਪਾਈ ਵੀ ਆਇਆ ਇੱਥੇ, ਇਹ ਟਿਊਬਲ ਲੱਗਾ ਹੋਇਆ। ਇਨਸ਼ਾਅੱਲਾ ਕੱਲ੍ਹ ਨੂੰ ਨਹਾਵਾਂਗੇ ਅਗਲੇ ਵਲੌਗ 'ਚ। ਚਲੋ ਮਿਰਚਾਂ ਤੋੜੀਏ। ਕਿਆ ਖਾ ਰਹੇ ਹੋ ਮਿਰਹਾ ਫਾਤਮਾ? ਕਿਆ ਖਾ ਰਹੇ ਹੋ ਜੀਜੀ? ਖਾ ਰਹੇ ਹੋ ਮੋਇਸ? ਕੀ ਖਾ ਰਹੇ ਹੋ ਮੋਇਸ? ਕੈਸਾ ਲੱਗ ਰਿਹਾ? ਅੱਛਾ ਲੱਗ ਰਿਹਾ। ਮੋਇਸ ਕਿੰਨਾ ਟਾਈਮ ਸੁੱਤਾ ਤੂੰ? ਪੰਜਾਬੀ ਚ ਵਲੌਗ ਬਣਾ ਰਹੀ ਹਾਂ। ਕਿੰਨੇ ਘੰਟੇ ਤਕਰੀਬਨ? ਚਾਰ ਪੰਜ ਘੰਟੇ ਸੋਇਆ ਮੋਇਸ। ਜਾਮ ਨੂੰ ਬੜੇ ਲੱਗੇ ਮੋਇਸ, ਤੂੰ ਹੁਣ ਸੂਟ ਨਵਾਂ ਪਾਇਆ ਹੋਇਆ ਤੇ ਤੂੰ ਲਾ ਲੈਣੇ ਸੀ ਮੋਇਸ। ਫੜ ਮੈਂ ਤਾਰਾ, ਮੋਇਸ ਵਲੌਗ ਬਣਾ ਮੈਂ ਤਾਰਾ, ਫੜ ਨਾ ਤੂੰ ਮੈਂ ਲੱਕੜੀ ਬੜੀ ਸਮਾਨ ਭਾਈ ਨੂੰ ਮੁੰਡੇ ਦਿਖਾ ਲੈ, ਭਾਈ ਨੂੰ ਮੁੰਡੇ ਨੂੰ ਬਿਠਾ ਲਾਂਗੇ ਮੈਂ, ਭਾਈ ਨੂੰ ਮੁੰਡੇ ਨੂੰ ਜਿਸ ਨਾਲ ਵੀ ਤੁਹਾਨੂੰ ਜਸਮਿਨ ਲੱਗਦੀ ਤੁਸੀਂ ਕਰ ਦਿਓ। ਤੋੜ ਦਈ ਆ? ਨਹੀਂ ਮੈਨੂੰ ਦਿਲ ਨੂੰ ਕੁਛ ਹੈ ਟਿਕ ਗਈ। ਦੇਖੋ ਜੀ ਮੇਰੀ ਬਾਜੀ ਦੇ ਕੰਮ ਪਹੁੰਚਣ ਡੇ ਨੀ ਜਾਮ ਤੱਕ, ਮੇਰਾ ਆ ਗਿਆ ਮੇਰੇ ਅੱਖਾਂ ਦੇ ਅੱਗੇ।
ਮਾਮੂ ਚੜ ਗਏ ਉੱਤੇ, ਉਹ ਮਾਮੂ ਨੂੰ ਬਹਾ ਕੇ ਮੈਨੂੰ ਬਾਅਦ ਚ ਆਹ ਦੇਖੋ ਜੀ ਮਿਰਚਾਂ ਜੇ, ਜਿਨ੍ਹਾਂ ਜਿਨ੍ਹਾਂ ਨੇ ਨਹੀਂ ਦੇਖੀਆਂ ਸੁਰਖ ਮਿਰਚਾਂ, ਤੇ ਇਹ ਦੇਖੋ ਪੌਦੇ ਭਰੇ ਹੋਏ ਮੋਇਜ਼ ਦੀ ਖਾਸ ਰੱਖ ਹੋਲ ਕਰਕੇ। ਮਿਰਚਾਂ ਕਾਫੀ ਲੱਗੀਆਂ ਹੋਈਆਂ ਸੀ, ਮੈਂ ਕਿਹਾ ਬਾਜੀ ਸਾਨੂੰ ਮਿਰਚਾਂ ਤੋੜ ਕੇ ਦੇ, ਬਾਜੀ ਕਹਿੰਦੀ ਚੱਲ ਮੈਂ ਤੋੜ ਕੇ ਲਿਆਉਣਾ, ਕਿਹਾ ਬਾਜੀ ਚੱਲ ਮੈਂ ਵੀ ਨਾਲ ਜਾਂਦੀ ਹਾਂ। ਬਾਂਦਰ ਇੱਕ ਦੇ ਚੜ ਗਿਆ ਉੱਥੇ, ਮਿਰਚਾਂ ਮੈਂ ਉੱਥੇ ਛੱਡ ਦਿੱਤੀਆਂ ਨੇ, ਤੇ ਇੱਕ ਸਾਡਾ ਬੰਦਾ ਚੜ ਗਿਆ ਉੱਪਰ, ਉਹਨੂੰ ਜ਼ਰਾ ਮੈਂ ਵਿਖਾ ਲਾਂ ਤੁਹਾਨੂੰ, ਦਿਸਦਾ ਹੀ ਨਹੀਂ। ਯਾਰ ਨਾ ਜਾਇਆ ਕਰ ਨਾ, ਕੁਛ ਉੱਪਰ ਲੈ ਲਿਆ, ਉੱਤੋਂ ਲਾ ਕੇ ਲਿਆ। ਮੈਂ ਵੀ ਚੜਾ ਨਹੀਂ ਭੈਣ, ਇਹ ਪੁਰਾਣਾ ਬਾਂਦਰ, ਇਹਨੂੰ ਕੁਛ ਨੀ ਹੁੰਦਾ। ਅੱਜ ਕੱਲ ਗਰਮੀ ਡਾਂਡ ਟੁੱਟ ਜਾਂਦੇ ਨੇ। ਹੈ ਅਜਮਲ ਬਾਂਦਰ ਬੁੱਢਾ, ਅਜੇ ਬਾਜ਼ੀਆਂ ਲਾਣੀਆਂ ਤੇ ਨੀ ਨਾ ਭੁੱਲਦਾ। ਨਹੀਂ ਨਹੀਂ, ਜਦੋਂ ਪਿੰਡ ਬੋਰਡ ਵੱਢ ਕੇ ਆਏ ਤਾਂ ਘਰ ਅੱਗੇ 10-10 ਲੱਖ ਰੋਂਦੇ ਰਹੇ ਸੀ। ਉਹ ਮੈਨੂੰ ਪਤਾ, ਉਹਦਾ ਸ਼ੋਹਾ ਹੋਇਆ ਸੀ, ਹੁਣ ਉੱਤੇ ਖੋਲ ਕੇ ਖਾਈ ਜਾਂਦਾ ਈ। ਚੱਲ ਤੋੜ ਕੇ ਆ ਜਾ ਨੀਚੇ, ਹੈ ਆਪਣਾ ਹੀ ਮਜ਼ਾ ਹੈ। ਦੇਖੇ ਜੀ, ਆ ਕਹਿ ਰਹੀ ਜਿੰਨੀ ਹੱਬਸ ਹੈ ਨਾ, ਹੱਬਸ ਦੀ ਵਜ੍ਹਾ ਤੋਂ ਟਾਂ ਜਿਹੜੇ ਕੱਚੇ ਹੋਏ ਹੁੰਦੇ ਨੇ। ਮੋਇਜ਼ਾ ਤੇਰੇ ਕੱਪੜੇ ਲਾਈਟ ਕਲਰ ਦੇ ਨੇ, ਇੱਧਰ ਹੋ ਜਾ ਪੁੱਤਰ, ਦਾਗ ਲੱਗ ਜਾਣੇ ਨੇ। ਮਿਰਹਾ ਕਿਆ ਕਹਿ ਰਹੀ ਹੈ, ਮਿਰਹਾ ਕਿਆ ਬਾਜੀ, ਆ ਵੇਖੋ ਕਿੰਨੇ ਸੁੱਟਦਾ ਪਿਆ ਉੱਤੇ ਚੜ ਕੇ। ਹਾਏ ਮਾਂ ਸਦਕੇ ਜਾਏ, ਅਜਮਲ ਆਇਆ ਨੀਚੇ? ਨਹੀਂ ਅਸੀਂ ਨੀ ਖਾਣੇ ਆਇਆ ਤੂੰ ਭਰਾ, 200 ਰੁਪਈਏ ਕਿਲੋ ਜਾਮ ਨੂੰ ਤੂੰ ਲੱਤ ਬਾਂਹ ਭੰਨ ਕੇ ਬਹਿ ਜਾ। ਨਾ ਭੈਣ ਮੋਈ ਉੱਠ ਜਾ, ਦਾਗ ਲੱਗ ਜਾਣੇ ਜਾਮ ਨੂੰ ਦੇ। ਬਾਜੀ ਜਾਮ ਨੂੰ ਦਾਗ ਲੱਗਦੇ ਨੇ ਕਿ ਨਹੀਂ? ਉੱਠ ਜਾ ਮੋਈ, ਮਾਮੂ ਹਿਲਾ ਰਹੇ ਨੇ ਟਹਿਣੀਆਂ, ਉੱਠ ਜਾ ਮੇਰਾ ਪੁੱਤਰ। ਔਰ ਮਾਸ਼ਾਅੱਲਾ ਦੇਖੋ ਚਮਕ ਰਹੇ ਆ ਜਾਮ, ਇਹ ਦੇਖੋ ਜ਼ਰਾ। ਔਰ ਇੰਨੀ ਦੂਰ ਨੇ ਤੇ ਇਸੇ ਤਰ੍ਹਾਂ ਹੀ ਉਤਰਨੇ ਨੇ, ਪਤਾ ਨਹੀਂ ਇਹ ਕਿਸ ਤਰ੍ਹਾਂ ਤਾਰਦੇ ਨੇ, ਦੇਖੋ ਜ਼ਰਾ। ਸ਼ਿਫਕ ਮਜ਼ੇ ਕੇ ਖਾਏ ਨੀ? ਫੋਨ ਸੁੱਟ ਦੇ ਥੱਲੇ, ਪਤਾ ਕੀ ਸਾਨੂੰ ਇੰਨੀ ਦੇਰ ਇੱਥੇ ਨਹੀਂ ਟਿਕਦੇ ਸਾਡੇ, ਜੈਜ਼ ਦੇ ਗਏ ਫੋਨ, ਜੈਜ਼ ਦੀਆਂ ਸਿੰਮਾਂ ਨੇ ਜੋ ਕਿ ਸਾਡੇ ਇਸ ਪਿੰਡ 'ਚ ਸਿਗਨਲ ਨਹੀਂ ਆਉਂਦੇ ਬਿਲਕੁਲ, ਸਾਡੇ ਡਾਟੇ ਸਿੰਮਾਂ ਹਰ ਚੀਜ਼ ਬੰਦ ਨੇ।
ਬਿਲਕੁਲ ਸਾਡੇ ਸਵੇਰ ਦਾ ਕਿਸੇ ਬੰਦੇ ਨਾਲ, ਕਿਸੇ ਬੀਬੀ ਨਾਲ, ਕਿਸੇ ਬੱਚੇ ਨਾਲ ਰਾਬਤਾ ਨਹੀਂ ਹੋਇਆ। ਨੈੱਟ ਬੰਦ, ਜੈਜ਼ ਦੀਆਂ ਸਿੰਮਾਂ ਬੰਦ, ਇਸ ਵਜ੍ਹਾ ਤੁਸੀਂ ਟਿਕਦੇ ਨਹੀਂ ਚਲੇ ਜਾਂਦੇ। ਹਾਲਤੇ ਦੇਖੇ ਹਮਾਰੀ, ਜ਼ਰਾ ਕਾਲੇ ਸਿਆਹ ਰੰਗ, ਚਾਰਪਾਈ ਵੀ ਵਿਛਾਈ। ਬਾਜੀ ਚਾਰਪਾਈ ਤੁਹਾਡੀ ਹੈ? ਮਿਰਚਾਂ ਤੋਂ ਉਲਣਾ ਥੋੜੀਆਂ ਜੀਆਂ ਹੋਰ ਬਾਜੀ, ਲੱਗਣੀਆਂ ਬੜੀਆਂ ਨੇ। ਕੋਈ ਗੱਲ ਨਹੀਂ, ਆ ਕੇ ਵੇਖ ਲਓ। ਮੈਂ ਤਾਂ ਚਲੋ ਚਾਰ ਚੁਗਲੀਆਂ, ਤੁਸੀਂ ਮੰਜੀ ਤੇ ਬਹਿ ਕੇ ਗੱਲਾਂ ਕਰੀ ਜਾਂਦੀਆਂ। ਮੈਂ ਤਾਂ ਭਾਈ ਮਿਰਚਾਂ ਦਾ ਨਾਂ ਹੀ ਨਹੀਂ ਘਰ ਵੀ ਲਿਆ ਦਣਾ ਬਾਹਰ ਲਿਆ। ਕਿੰਨੀਆਂ ਸੋਹਣੀਆਂ ਵੇਖੋ ਜਰਾ। ਹੋਰ ਕਹਿ ਰਹੀਆਂ ਨੇ ਬਾਜੀ ਨਾ ਤੋੜ ਲੱਗਣੀਆਂ ਬੜੀਆਂ ਹੀ, ਬਾਜੀ ਨਾ ਤੋੜ ਲੱਗਣੀਆਂ ਬੜੀਆਂ ਮੰਗੀਆਂ ਸ਼ਾਪਰ ਫਲਾਈ। ਓਏ ਤੂੰ ਕਮੀਜ਼ ਲਾ ਕੇ ਆ ਗਿਆ, ਮੈਂ ਜਾ ਆ। ਕਾਹਦੀਆਂ ਵੱਲਾਂ ਲੱਗੀਆਂ? ਫੁੱਟਾਂ ਲੱਗੀਆਂ, ਫੁੱਟਾਂ ਲੱਗੀਆਂ ਕੋਈ ਨੀ। ਨਹੀਂ ਇੱਕ ਇੱਕ ਲੱਗੀ ਸੀ ਤੇ ਪੱਕ ਰਹੀ ਸੀ, ਘਾ ਲਿਆ ਸੀ। ਹੋਰ ਵੇਖ ਲੱਗੀ ਬਾਜੀ, ਜੇ ਮੈਨੂੰ ਮਿਰਚਾਂ ਲੱਗਣਗੀਆਂ ਤਾਂ ਫਿਰ ਕੀ ਬਣੇਗਾ? ਕਿੰਨੀਆਂ ਤੋੜ ਕੇ ਗਈ ਸੀ ਮੈਂ, ਤੋੜਨ ਡਈ ਸੀ ਤੇ ਫਿਰ ਮੈਂ ਵੀਡੀਓ ਬਣਾਉਣ ਚਲੇ ਗਈ। ਅੱਜ ਮੈਂ ਛੱਤ ਚੜ੍ਹ ਗਿਆ, ਕਿੰਨੀਆਂ ਕਿੱਥੇ ਚੜ੍ਹ ਗਿਆ, ਜਾਮ ਨੂੰ ਚੜ੍ਹ ਗਿਆ। ਕੀ ਬੀਤਣ ਡਈ ਏ ਬਾਜੀ? ਵਿਚਾਰੇ ਕਹਿੰਦੇ ਛੱਡ ਦੇ ਛੱਡ ਦੇ ਬਾਜੀ ਦਾ, ਛੱਡ ਦੇ ਹੱਥ ਦੇ ਜਾ, ਮੈਨੂੰ ਤਰਸ ਆਉਂਦਾ। ਤਾਂ ਬਾਜੀ ਕਹਿਣ ਤੇ ਡਈ ਸੀ ਮੈਂ ਬੁੱਢੀ ਲਾ ਦਿੰਨੀ ਆ। ਆਪਣੇ ਆਪ ਕੋ ਨਾ ਭਾਈ, ਅੱਲਾ ਦੀ ਤੋਬਾ, ਅੱਲਾ ਦੀ ਤੋਬਾ ਨਾ, ਮੈਂ ਅੱਬਾ ਜੀ ਦੀ ਤੋਬਾ ਨਹੀਂ, ਅੱਲਾ ਦੀ ਤੋਬਾ। ਮੈਂ ਤਾਂ ਨੀ ਕਦੀ ਵੀ ਇਹ ਕੰਮ ਕਰੂ। ਇੱਕ ਘਰ ਕੱਟ ਲਈਏ ਤੇ ਉਹ ਬਾਅਦ ਚ ਸਾਰਾ ਦਿਨ ਦੜ ਪਾਉਂਦੀਆਂ ਨੇ। ਹਾਂਜੀ, ਸੂਰਜ ਵੀ ਆਪਣਾ ਵਹਾ ਰਿਹਾ ਬਾਜੀ। ਮੈਂ ਕਿਹਾ ਮਿਰਚਾਂ ਹਈਆਂ ਲੈ ਕੇ ਜਾਵਾਂਗੇ, ਚਾਰ ਚ ਪਾਵਾਂਗੇ। ਬਾਜੀ ਸੂੜੇ ਖਤਮ ਹੋ ਗਏ ਭਲਾ? ਕਿਉਂ ਬਾਜੀ ਤੁਸੀਂ ਨੀ ਚਾਰ ਪਾਇਆ? ਬਾਜੀ ਮੈਨੂੰ ਮਾਸਾ ਦੇ ਦੇ, ਮੈਂ ਮੰਗ ਤੰਗ ਕੇ ਗੁਜ਼ਾਰਾ ਕਰਨਾ। ਮੈਂ ਕੋ ਬੈਠਾ ਨਹੀਂ ਜਾ ਰਿਹਾ, ਫੱਟੀ ਮੰਗਾਈ ਤੇ ਫੱਟੀ ਤੇ ਇੰਨੀਆਂ ਮਿੱਠਾ ਲੱਗੀ। ਚੱਲ ਪਹੁੰਚ ਦੋ ਨਾਲ ਆ ਕੇ ਜਾ। ਮੈਂ ਚੜ ਗਿਆ ਉਤਰਾ ਜਾ ਨਹੀਂ ਰਹਾ। ਹਾਂ ਏਡੀ ਪੱਕੀ ਨਹੀਂ ਹੁੰਦੀ ਪਾ, ਮੈਨੂੰ ਪਤਾ ਹੈ ਟੈਨਸ਼ਨ ਨਹੀਂ। ਦੇਖਿਆ ਜਿਵੇਂ ਮੈਂ ਪੱਕਾ ਕਰਨਾ ਨਹੀਂ ਕਰ। ਇਹ ਦੇਖ ਆਪ ਲੋਕ ਅੱਜ ਦੀ ਪਏ ਪੜੇ ਹੋਣਗੇ। ਅਬੇ ਉਤਰਨ ਦਾ ਤਰੀਕਾ ਮੈਂ ਦੇ ਦੂੰਗੀ, ਠੀਕ ਹੈ? ਹਾਂ ਉਹ ਖਾਲਾ ਨੇ ਵੀ ਲਈਏ ਗਰਜਾ ਖਾਏ ਲੋ ਪਾਏ ਨੇ ਹਾਂ ਲੋ ਥੱਲੇ ਧਿਆਨ ਨਾਲ ਲੱਕੜੀ ਹੈ। ਤੂੰ ਉੱਤਰ ਦੇ ਬਣਾਈ ਨਹੀਂ ਛਦੈਣਾ।
ਇਸੇ ਉਤਰੇ ਆ ਉੱਪਰ ਦੇ ਨੀਚੇ ਪਤਾ ਨੀ ਕਿਆ ਲਗਾ ਚਾਰਾ ਸ਼ਾਇਦ ਸਾਰਾ ਮੇਰਾ ਹਾਲ ਬਾਰਿਸ਼ ਹੋਈ ਆ ਜੋ ਸੁਬਹ ਉਸਕੇ ਸਾਰੇ ਗਿੱਲੇ ਆ ਇਹ ਦੇਖ ਸਾਰਾ ਦੇਖੇ ਸੂਰਜ ਨਿਕਲਿਆ ਟਾਈਮ ਹੋਰ ਹੈ ਸਾਢੇ 6 ਵਜਣੇ ਲੱਗੇ ਦੇਖੇ ਸੂਰਜ ਵੀ ਆ ਇਹ ਦੇਖੇ ਉਹ 3 ਛਤਰੇ ਖੜੇ ਹੋਏ ਆ ਵਹਾਂ ਪੇ ਉਹ ਆਗੇ ਬੈਂਸੇ ਹੈ ਪਿੱਛੇ ਉਹ ਵੀ ਪਾਣੀ ਵਾਲੀ ਮੇਰੇ ਚਾਵਲ ਲਗੇ ਆ ਵਹਾਂ ਪੇ ਉਹ ਟਿਊਬਵੈਲ ਲਗਾ ਯਹਾਂ ਵੀ ਸਾਰੇ ਉਹ ਸਾਹਮਣੇ ਦੂਸਰੀ ਹਵੇਲੀ ਹੈ ਗਾਏ ਵਾਲੀ ਇਹ ਸਾਰੇ ਆਪਣੇ ਮਿਰਚੇ ਵਗੈਰਾ ਹਮਨੇ ਤੋੜ ਲਈ ਹੈ ਦੇਖੇ ਦੋ ਤਾਂ ਅੰਬੀਏ ਤੋੜਿਆ ਅਬ ਮੈਂ ਜਾ ਰਹੀ ਹਾਂ ਘਰ ਖੈਰ ਭਾਂਜਾ ਮੇਰਾ ਆ ਗਿਆ ਸੀ ਵੇਲੀ ਮੈਂ ਕਿਹਾ ਮੈਨੂੰ ਹੁਣ ਮੋਟਰਸਾਈਕਲ ਆਇਆ ਮੈਂ ਸਾਰੀ ਗਿੱਲੀ ਹੋਈ ਹਾਂ ਜਾ ਕੇ ਨਹਾ ਲਵਾਂ ਅਤੇ ਬਾਜੀ ਪਿੱਛੇ ਆ ਰਹੇ ਮਿਰਚਾਂ ਲੈ ਕੇ ਮੈਂ ਸ਼ੇਰ ਮਿਰਚਾਂ ਵਾਲਾ ਸ਼ੋਪਰ ਫੜ ਲਿੱਤਾ ਭਾਵੇਂ ਵੀ ਬੋਲਣ ਡੇ ਸੀ ਤੁਸੀਂ ਕੀ ਗਰਮੀ 'ਚ ਕਰੰਟ ਗਿਆ ਹੁਣ ਭਾਵੇਂ ਨੂੰ ਹੁਣ ਤਾਂ ਨਹੀਂ ਨਾ ਪਤਾ ਪਈ ਸੀ ਵੀਡੀਓ ਦੇ ਚੱਕਰਾਂ 'ਚ ਬੈਠੇ ਹੋਏ ਤੇ ਅੱਜ ਖਾਣਾ ਬਣਦਾ ਪਿਆ ਮਾਸ਼ਾਅੱਲਾ ਅੱਗ ਤੇ ਬੁੱਝੀ ਹੋਈ ਹੈ ਭਾਈ ਨਹਾ ਲਈਏ ਜ਼ਰਾ ਸਿੰਗੜੋ ਕੀ ਕਰਨ ਡਏ ਹੋ ਇਬਰਾਹਿਮ ਕਿਆ ਕਰ ਰਹੇ ਹੋ ਮਾਨੋ ਕਿੱਧਰ ਹੈ ਅੱਛਾ ਗਰਮੀ ਬੜੀ ਲੱਗਦੀ ਪਈ ਮਿਰਚਾਂ ਬੜੀਆਂ ਲੱਗਦੀਆਂ ਨਹਾ ਲਈਆ ਜੀ ਮੈਨੇ ਮਾਸ਼ਾਅੱਲਾ ਪਾਣੀ ਇੰਨਾ ਠੰਡਾ ਪਾਣੀ ਯਖ ਠੰਡਾ ਔਰ ਮੈਂ ਨਹਾਈ ਹੂੰ ਮਜ਼ਾ ਆ ਗਿਆ ਉਧਰ ਸੇ ਜਿਤਨੀ ਗਰਮੀ ਆਈ ਗਰਮੀ ਲੱਗੀ ਥੀ ਇਤਨਾ ਹੀ ਇਧਰ ਮਜ਼ਾ ਆ ਗਿਆ ਔਰ ਮਾਸ਼ਾਅੱਲਾ ਸਾਰੇ ਹੈ ਹਾਂ ਮੈਨੇ ਆਪਣੇ ਕੱਪੜੇ ਵੀ ਸਾਰੇ ਉਤਾਰ ਕੇ ਡਾਲ ਦੀਏ ਅੱਛਾ ਇਹ ਨਾ ਉੱਪਰ ਵਾਲਾ ਸੀਨ ਨਹੀਂ ਹੈ ਇਹ ਨੀਚੇ ਵਾਲਾ ਸੀਨ ਹੈ ਸਭ ਉੱਪਰ ਵਾਲੇ ਸੀਨ ਮੈਂ ਬੈਠੇ ਹੋਤੇ ਹੈ ਇਹ ਦੀਵਾਰ ਹੈ ਬੀਚ ਮੈਂ ਉਧਰ ਮੈਂ ਫੈਮਲੀ ਨਹੀਂ ਦਿਖਾ ਸਕਦੀ ਇਧਰ ਇਨ ਲੋਗੋਂ ਨੇ ਸਿਰਫ ਆਪਣਾ ਨਾ ਇਹ ਵਾਲੇ ਮਿੱਟੀ ਕੇ ਚੁੱਲ੍ਹੇ ਬਣਾਏ ਹੋਏ ਛੋਟੇ ਸੀਨ ਮੈਂ ਨੀਚੇ ਵਾਲੇ ਸੀਨ ਮੈਂ ਇਹ ਉੱਪਰ ਇਨ ਲੋਗੋਂ ਨੇ ਮੁਰਗੀਆਂ ਵਗੈਰਾ ਰੱਖੀ ਹੋਈਆਂ ਹੈ ਉਨਕੇ ਪਿੰਜਰੇ ਵਗੈਰਾ ਪੜੇ ਹੋਏ ਹੈ ਇਹ ਦੇਖੇ ਚਾਵਲੋਂ ਪੇ ਦਮ ਜੈਸੇ ਨਾ ਹੀ ਲਗਾਤੇ ਹੈ ਉੱਪਰ ਡਾਲਦੀ ਹੈ ਆਗ ਔਰ ਬਿਰਿਆਨੀ ਕੋ ਲੱਗ ਗਿਆ ਦਮ ਮੁਰਗੀਆਂ ਹਮਨੇ ਅੰਦਰ ਡਾਲ ਬੰਦ ਕਰ ਦੀਆਂ ਇਹ ਦੇਖੇ ਇੱਕ ਰਹਿ ਗਿਆ ਉਹ ਸਿਰਫ ਬਾਹਰ ਇਹ ਦੇਖੇ ਜੀ ਇਨ ਲੋਗੋਂ ਨੇ ਇੱਕ ਬੱਕਰੀ ਰੱਖੀ ਹੋਈ ਹੈ ਹਵੇਲੀ ਮੈਂ ਬੜੇ ਜਾਨਵਰ ਰੱਖੇ ਹੋਏ ਹੈ ਗਾਏ ਬੈਂਸੇ ਯੇ ਵੋ ਔਰ ਛੋਟੇ ਇਹ ਬੱਕਰੀ ਰੱਖੀ ਉਹਦੇ ਉੱਧਰ ਨਹੀਂ ਰੱਖਦੇ ਇਹ ਵੀ ਉੱਧਰ ਹੀ ਥੀ ਔਰ ਉਹ ਛੋਟਾ ਬੱਚਾ ਲੈ ਕੇ ਆਇਆ ਇਸਕੋ ਘਰ ਮੇ ਰੱਖਦੇ ਹੈ ਬਾਜੀ ਕਹਤੀ ਇਹ ਉੱਧਰ ਹਵੇਲੀ 'ਚ ਰੱਸੀ ਚੜਾ ਕੇ ਨਾ ਇਹ ਦੇਖ ਓਏ ਓਏ ਯੇ ਕਿਆ ਕਰ ਰਹੇ ਹੋ ਮਿਰਹਾ ਮਿਰਹਾ ਇਹ ਦੇਖ ਯੇ ਕਿਆ ਕਰ ਰਹੇ ਹਾਥ ਗੰਦੇ ਕਰ ਲਿਆ ਹੈ ਹਾਥ ਗੰਦੇ ਕਰ ਲਿਆ ਹਾਥ ਦਿਖਾਓ ਹਾਥ ਦਿਖਾਓ ਹਾਥ ਗੰਦੇ ਕਰ ਲਈਏ ਹਾਥ ਦਿਖਾ ਮੋਈਜ਼ ਦਿਖਾ ਸ਼ਲਵਾਰ ਇਹ ਦੇਖੇ ਵੀਡੀਓ ਮੈਂ ਮਨਾ ਕੀਆ ਥਾ ਆਪ ਲੋਗੋਂ ਸਾਰਿਆਂ ਕੋ ਸਭ ਕੋ ਪਤਾ ਹੈ ਵੀ ਇਸਕੋ ਇਸ ਨੇ ਜਾਮ ਨੂੰ ਦਾਗ ਲਗਾ ਲਈ ਹੈ ਬੇਵਕੂਫ ਕਹੀ ਕੇ ਇਹ ਦੇਖੇ ਬੱਚੋ ਕਾ ਓ ਦੇਖੇ ਕੈਟੋ ਮਾਓ ਇਧਰ ਲੈ ਕੇ ਆ ਇਧਰ ਲੈ ਕੇ ਆ ਇਬਰਾਹਿਮ ਲੈ ਗਿਆ ਇਹ ਸਾਰੇ ਇਧਰ ਬੈਠੇ ਐਸੇ ਹੈ ਜੈਸੇ ਇਨ ਲੋਗੋਂ ਨੇ ਖਾਣਾ ਬਣਾਇਆ ਔਰ ਕੀਆ ਕੁਛ ਵੀ ਨਹੀਂ ਹਾਂ ਕਿਆ ਕੀ ਹੈ ਦੋ ਵੇਲੀਆਂ ਨਹੀਂ ਆ ਰਹੀਆਂ ਵੀ ਨਹੀਂ ਆ ਰਹੀਆਂ ਨਹੀਂ ਆਉਂਦੀਆਂ ਕੀ ਕਿਆ ਕੀ ਹੈ ਚਲੇ ਸਹੀ ਕੋਈ ਗੱਲ ਨਹੀਂ ਚੌਲ ਇੱਕ ਪਲੇਟ ਬਸ ਜ਼ਿਆਦਾ ਖਾ ਲਈ ਅੱਛਾ ਅੱਛਾ ਬਲ
ਬੱਚੇ ਇੰਨਾ ਖੁਸ਼ ਹੋ ਰਹੇ ਨੇ ਮਾਸ਼ਾਅੱਲਾ ਮਾਸ਼ਾਅੱਲਾ ਪੰਜਾਬੀ ਪੰਜਾਬੀ ਬੋਲਣੀ ਸੀ ਆਹੋ ਭੈਣ ਮੈਨੂੰ ਭੁੱਲ ਗਿਆ ਅਸੀਂ ਪੰਜਾਬੀ ਬੋਲਣੀ ਪਹਿਲੇ ਬਿੱਲੀ ਦੇ ਧਿਆਨ ਲੱਗੇ ਸੀ ਫਿਰ ਮੁਰਗੀਆਂ ਦੇ ਲੱਗ ਗਏ ਹੁਣ ਉਮਰ ਆਪਣੇ ਮੁਰਗੇ ਚੈੱਕ ਕਰ ਲੈ ਪੁੱਤਰ ਹੁਣ ਬੱਕਰੇ ਦੇ ਲੱਗ ਗਏ ਬੱਕਰੀ ਦੇ ਲੱਗ ਗਏ ਮਟਨ ਕੀਮਾ ਹੈ ਕੀ ਇਹ ਚਿਕਨ ਪਲਾਉ ਅੱਛਾ ਮਾਸ਼ਾਅੱਲਾ ਇਹ ਚਿਕਨ ਪਲਾਉ ਹੈ ਰਾਇਤਾ ਸਲਾਦ ਜ਼ਰਦਾ ਚਿਕਨ ਬਿਰਿਆਨੀ ਖਾਣੇ ਲੱਗੇ ਹੈ ਖਾਣਾ ਮਾਸ਼ਾਅੱਲਾ ਸਾਰੇ ਮਜ਼ੇ ਕੇ ਇਹ ਦੇਖੇ ਜੀ ਚਲੇ ਜੀ ਖਾਣਾ ਖਾ ਲੇ ਫਿਰ ਮਿਲਤੇ ਹੈ ਆਜ ਕੀ ਵੀਡੀਓ ਆਪ ਲੋਗ ਅੱਛੀ ਲੱਗੇ ਤੋ ਆਪ ਲੋਗ ਵੀਡੀਓ ਕੋ ਲਾਈਕ ਕਰੇਂ ਚੈਨਲ ਕੋ ਸਬਸਕ੍ਰਾਈਬ ਕਰੇਂ ਅੱਲਾਹ ਹਾਫਿਜ਼।